ਦੇਸ਼ ਅੰਦਰ ਚੱਲ ਰਹੀ ਕਰੋਨਾ ਮਹਾਮਾਰੀ ਦੇ ਚਲਦਿਆਂ ਲੱਖਾਂ ਹੀ ਮਜ਼ਦੂਰ ਕਾਮਿਆਂ ਨੇ ਆਪਣੇ ਪਿੰਡਾਂ ਵੱਲ ਰੁਖ ਕਰ ਲਿਆ ਸੀ ਉੱਥੇ ਹੀ ਪੰਜਾਬ ਵਿੱਚ ਵੀ ਕਰਫਿਓ ਅਤੇ ਲੋਕਡਾਊਨ ਦੇ ਦੌਰਾਨ ਸੈਂਕੜੇ ਮਜ਼ਦੂਰ ਕਾਮੇ ਪੰਜਾਬ ਛੱਡ ਕੇ ਯੂਪੀ ਬਿਹਾਰ ਆਪਣੇ ਸੂਬੇ ਵੱਲ ਨੂੰ ਤੁਰ ਪਏ ਸਨ ਹੁਣ ਫਿਰ ਕਾਮਿਆਂ ਨੇ ਪੰਜਾਬ ਵੱਲ ਦਾ ਰੁਕ ਕਰ ਲਿਆ ਤੇ ਫੈਕਟਰੀਆਂ ਵਿੱਚ ਦਿਹਾੜੀ ਤੇ ਜਾਣ ਲੱਗ ਪਏ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਕਾਮਿਆਂ ਦੀ ਸਹਾਇਤਾ ਵਾਸਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਲਾਲ ਕਾਪੀ ਧਾਰਕ ਮਜ਼ਦੂਰਾਂ ਲਈ ਮੈਡੀਕਲ ਸਹੂਲਤਾਂ ਲੜਕੀਆਂ ਵਾਸਤੇ ਸ਼ਗਨ ਸਕੀਮ ਅਤੇ ਬੱਚਿਆਂ ਵਾਸਤੇ ਵਜ਼ੀਫੇ ਵੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਾਭਾ ਵਿਖੇ ਪਹੁੰਚੇ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੋਹੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਮਜ਼ਦੂਰਾ ਦੇ ਬੱਚਿਆਂ ਨੂੰ ਵਜ਼ੀਫਾ ਅਤੇ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਟੋਹੜਾ ਨੇ ਕਿਹਾ ਕਿ ਅਸੀਂ 8 ਜ਼ਿਲ੍ਹਿਆਂ ਦੇ ਵਿੱਚ ਕੀਰਤੀ ਕਾਮਿਆਂ ਲਈ 1 ਕਰੋੜ 20 ਲੱਖ ਦੀ ਰਾਸ਼ੀ ਜਾਰੀ ਕੀਤੀ ਹੈ ਤੇ ਮਜ਼ਦੂਰਾ ਦੇ ਖਾਤੇ ਵਿੱਚ 6-6000 ਰੁਪਈਆ ਵੀ ਪਵਾਇਆ ਹੈ ਤੋੜਾ ਨੇ ਕਿਹਾ ਕਿ ਲੇਬਰ ਵੈਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਨੂੰ ਜਾਗਰੂਕ ਕਰਨ ਵਾਸਤੇ ਸੇਫਟੀ ਕੈਂਪ ਅਤੇ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ ਤਾਂ ਕਿ ਕੀਤੇ ਮਜ਼ਦੂਰ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਦੇਖੋ ਅਸਰ ਹੈ ਕਿ ਅਸੀਂ ਨਾਲ ਸਾਡੇ ਦੋ ਤਰ੍ਹਾਂ ਦੇ ਬੋਰਡ ਨੇ। ਇੱਕ VOC ਬੋਰਡ ਹੈ, ਇੱਕ ਵੈਲਫੇਅਰ ਬੋਰਡ ਹੈ। VOC ਬੋਰਡ ਵਿੱਚ ਕੰਸਟਰਕਸ਼ਨ ਵਰਕਰ ਜਿਹੜੇ ਨੇ ਉਹ ਆਉਂਦੇ ਨੇ ਔਰ ਕੰਸਟਰਕਸ਼ਨ ਵਰਕਰ ਜਿਹੜੇ ਪਿੰਡਾਂ ਵਿੱਚ ਕੰਮ ਕਰਦੇ ਨੇ ਅਸ਼ਾਰਾ ਵਿੱਚ ਕੰਮ ਕਰਦੇ ਨੇ ਕਿਰਤ ਦਾ ਕੰਮ ਕਰਦੇ ਨੇ ਉਹ ਬੰਦੇ ਇਸ ਬੋਰਡ ਦੇ ਅਧੀਨ ਆਉਂਦੇ ਨੇ ਉਹ ਬੰਦੇ ਆਪਣੀਆਂ ਆਪਣੀਆਂ ਕਾਪੀਆਂ ਜਿਹੜੀਆਂ ਨੇ ਜਿਹਨਾਂ ਨੂੰ ਆਮ ਪੰਡਾ ਵਿੱਚ ਤੋਂ ਲਾਲ ਕਾਪੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਉਹ ਕਾਪੀਆਂ ਸਬਜ਼ਾ ਸੈਂਟਰ ਵਿੱਚੋਂ ਆਪਣੀਆਂ ਬਣਵਾ ਕੇ ਲਿਆਉਂਦੇ ਨੇ ਅਸੀਂ ਪਿਛਲੇ ਦਿਨਾਂ ਵਿੱਚ ਜਦੋਂ ਲਾਕਡਾਊਨ ਦੀ ਪ੍ਰਕਿਰਿਆ ਜਿਹੜੀ ਪੰਜਾਬ ਵਿੱਚ ਸ਼ੁਰੂ ਹੋਈ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਇੱਕ ਫੈਸਲਾ ਕਰ ਦਿੱਤਾ ਕਿ ਕਿਰਤਿਆਂ ਨੂੰ ਅਸੀਂ ਕੁਛ ਨਾ ਕੁਛ ਦੇਈਏ ਤਾਂ ਪਹਿਲਾਂ 3000 ਰੁਪਏ ਆ ਫਿਰ 3000 ਰੁਪਏ ਯਾਨੀ 6-6000 ਰੁਪਏ ਜਿਹੜਾ ਹੈਗਾ ਉਹਨਾਂ ਲਾਲ ਕਾਰਡ ਵਾਲਿਆਂ ਨੂੰ ਪੰਜਾਬ ਦੀ ਸਰਕਾਰ ਨੇ ਦਿੱਤਾ ਜਿਹਦੇ ਵਿੱਚ ਅਸੀਂ ਇੱਕ ਵਾਰ ਜਿਹੜਾ 3 ਲੱਖ 5000 ਦਿੱਤਾ ਉਸ ਤੋਂ ਬਾਅਦ ਜਿਹੜਾ ਅਸੀਂ ਫਿਰ ਹੌਲੀ 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 ਕਰਕੇ ਹੁਣ ਫਿਰ ਅਸੀਂ ਜਿਹੜੇ ਨੇ ਉਹ ਕਰਤਿਆਂ ਦੇ ਪੈਸੇ ਕਿਤੇ 5000 ਦੇ ਪੈਸੇ ਕਿਤੇ 10000 ਦੇ ਪੈਸੇ ਜਿੰਨੇ-ਜਿੰਨੇ ਰੀਕਨਸਾਈਲ ਜਿਹੜਾ ਸਾਡਾ ਬੈਂਕਾਂ ਨਾਲ ਹੋ ਰਿਹਾ ਉਹ ਬੈਂਕਾਂ ਦੇ ਰੀਕਨਸਾਈਲ ਤੋਂ ਬਾਅਦ ਜਿੰਨੇ-ਜਿੰਨੇ ਹੋਏ ਜਾਂਦੇ ਉਹ ਅਸੀਂ ਪਾਈ ਜਾਂਦੇ ਹੈ ਜਿਹੜਾ ਹੈਗਾ ਵੈਲਫੇਅਰ ਬੋਰਡ ਜਿਸ ਬੋਰਡ ਵਿੱਚ ਮੈਂ ਚੇਅਰਮੈਨ ਹਾਂ ਉਸ ਬੋਰਡ ਵਿੱਚ ਹੈ ਕਿਰਤੀ ਜਿਹੜਾ ਵਰਗ ਹੈ ਉਹ ਤੋਂ ਅਸੀਂ 5 ਰੁਪਏ ਲੈਨੇ ਆ ਜਿਹੜਾ ਮੈਨੇਜਮੈਂਟ ਹੈ ਉਹ ਤੋਂ ਕਾਰਖਾਨੇਦਾਰ ਤੋਂ ਅਸੀਂ ਜਿਹੜਾ ਹੈਗਾ 20 ਰੁਪਏ ਲੈਨੇ ਆ ਉਹ ਪੈਸਿਆਂ ਵਿੱਚੋਂ ਅਸੀਂ ਜਿਹੜਾ ਜਿਹੜੇ ਬੰਦੇ ਨੇ ਉਹਨਾਂ ਨੂੰ ਅਸੀਂ ਜੋ ਵੀ ਸਹੂਲਤਾ ਦੇਣੀਆਂ ਬੰਦੀਆਂ ਨੇ ਉਹ ਸਾਰੀ ਨੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੇ ਆ ਉਹਨਾਂ ਵਿੱਚੋਂ ਅਸਰਾ ਜੇ ਕੋਈ ਬੰਦਾ ਸਰਗਵਾ ਚੋਰੀ ਡੈਥ ਕੇਸ ਦੇ ਪੈਸੇ ਵੀ ਅਸੀਂ ਦਿੰਨੇ ਆ ਉਸ ਵਿੱਚੋਂ ਜਿਹੜਾ ਹੈਗਾ ਕੋਈ ਦਾ ਸੰਸਕਾਰ ਲਈ ਵੀ ਪੈਸੇ ਦਿੰਨੇ ਆ ਅਸੀਂ ਉਸ ਦੇ ਨਾਲ ਨਾਲ ਅਸੀਂ ਜਿਹੜਾ ਬਾਲੜੀ ਸਕੀਮ ਦੇ ਵੀ ਪੈਸੇ ਦਿੰਨੇ ਆ ਅਸੀਂ ਉਸ ਦੇ ਨਾਲ ਨਾਲ ਅਸੀਂ ਪ੍ਰਸੂਤਾ ਛੁੱਟੀ ਦੇ ਵੀ ਪੈਸੇ ਦਿੰਨੇ ਆ ਅਸੀਂ ਉਸ ਦੇ ਨਾਲ ਨਾਲ ਅਸੀਂ ਐਲਟੀਸੀ ਦੇ ਵੀ ਪੈਸੇ ਦਿੰਨੇ ਆ ਦੰਦਾ ਲਵਾਉਣ ਦੇ ਪੈਸੇ ਵੀ ਦਿੰਨੇ ਆ ਐਨਕਾਂ ਦੇ ਵੀ ਪੈਸੇ ਦਿੰਨੇ ਆ ਔਰ ਜਿਹੜਾ ਹੈ ਜੇ ਕੋਈ ਬੰਦਾ ਮਰ ਜਾਂਦਾ ਉਸ ਦੇ ਵਿੱਡੂਜ਼ ਨੂੰ ਅਸੀਂ ਪੈਨਸ਼ਨ ਵੀ ਦਿੰਨੇ ਆ ਇਹ ਸਾਰਾ ਜਿਹੜਾ ਹੈਗਾ ਪੈਸਾ ਅਸੀਂ ਬੋਰਡ ਨਹੀਂ ਹੀ ਦੇਣਾ ਹੁੰਦਾ ਔਰ ਬੋਰਡ ਜਿਹੜਾ ਹੈਗਾ ਲਗਾਤਾਰ ਉਸ ਪੈਸੇ ਦੀ ਵੰਡ ਜਿਹੜਾ ਉਹ ਕਰਦਾ ਚਲਾ ਰਿਹਾ ਹੈ ਹੁਣ ਇਹ ਜਿਹੜਾ ਅਸੀਂ ਕੁਸ਼ਤਨਾ ਤੋਂ ਲਗਾਤਾਰ ਜਿਹੜਾ ਬਹੁਤ ਸਾਰੇ ਪੈਸੇ ਕਿਰਤੀਆਂ ਨੂੰ ਵੰਡ ਰਹੇ ਹਾਂ ਜਿਵੇਂ ਕਿ ਅਸੀਂ ਹੁਣ ਆਹ ਮਹਾੜੀ ਦਿੱਤਾ ਹੈ ਮਹਾੜੀ ਵਿੱਚ ਮੁਜੀਫਾ ਜਿਹੜਾ 113 ਜਿਹੜਾ ਬੱਚਿਆਂ ਨੂੰ ਦਿੱਤਾ ਸੀ 2157 21 ਲੱਖ 57 ਹਜ਼ਾਰ ਹੁਸ਼ਿਆਰ ਪਰ ਅਸੀਂ ਇੱਕ ਵਾਰ ਦਿੱਤਾ ਮੁਜੀਫਾ 271 ਬੰਦਿਆਂ ਨੂੰ ਅ 24 ਲੱਖ 92000 ਰੁਪਏ ਹਸਿਆਰ ਪਰਫੇਰ ਦੁਆਰਾ ਦਿੱਤਾ ਸੀ 139 ਬੱਚਿਆਂ ਨੂੰ 32 ਲੱਖ 25 32 ਲੱਖ 25000 ਹਸਿਆਰ ਪਰਫੇਰ ਦਿੱਤਾ ਵਜੀਫਾ 79 ਬੰਦਿਆਂ ਨੂੰ 9 ਲੱਖ 36000 ਦਾ ਲੁਧਿਆਣੇ ਖਤਰਨਾਕ ਬਿਮਾਰੀਆਂ ਦਾ ਅਸੀਂ ਜਿਹੜਾ 1 1 ਲੱਖ ਦਾ ਦਿੱਤਾ ਮੋਗੇ ਜਿਹੜਾ ਖਤਰਨਾਕ ਬਿਮਾਰੀਆਂ ਦਾ 1 ਲੱਖ 11332 ਦਾ ਦਿੱਤਾ ਇਸੇ ਤਰ੍ਹਾਂ ਜਲੰਧਰ ਜਿਹੜਾ ਮਾਨਸਿਕ ਅਪੰਗਤਾ ਉਹਨੂੰ 20 ਲੱਖ ਰੁਪਏ ਦਿੱਤਾ ਪਟਿਆਲੇ ਐਨਕਾਂ ਲਈ ਜਿਹੜਾ 800 ਰੁਪਏ ਦਿੱਤਾ ਆ ਹੁਣੇ ਅਸੀਂ ਜਿਹੜਾ ਹੈਗਾ 1 ਕਰੋੜ 20 ਲੱਖ ਰੁਪਏ 42000 32 ਰੁਪਏ ਜਿਹੜੇ ਨੇ ਅਸੀਂ ਬੰਨੇ ਨੇ ਅੱਜ ਫੇਰ ਸਾਡੇ ਕੋਲ ਕੇਸ ਆਏ ਨੇ ਉਹ ਇਸੇ ਤਰ੍ਹਾਂ ਦੇ ਜਿੰਨੇ ਵੀ ਕੇਸ ਹਨ ਨੇ ਪੰਜਾਬ ਦੇ ਹਰ ਡਿਸਟ੍ਰਿਕਟ ਵਾਈਜ਼ ਨੇ ਜਿਹੜੇ ਉਹ ਅਸੀਂ ਤਾਂ ਇਕੱਲਾ ਇਹ ਕਰਕੇ ਸੈਂਕਸ਼ਨ ਕਰਕੇ ਤੁਹਾਡੇ ਨਾਲ ਵਾਰਤਾ ਕਰ ਰਹੇ ਆ ਅਸੀਂ ਅੱਜ ਫੇਰ ਉਹ ਕੇਸ ਸੈਂਕਸ਼ਨ ਕਰ ਰਹੇ ਆ ਯਾਨੀ ਐਸਾ ਨਹੀਂ ਹੈ ਕਿ ਇੱਥੇ ਡ੍ਰੌਪ ਹੋ ਗਏ 1 ਕਰੋੜ ਤੇ ਅਸੀਂ ਕਈ ਕਰੋੜ ਰੁਪਏ ਜਿਹੜਾ ਹੈਗਾ ਪੰਜਾਬ ਵਿੱਚ ਬੰਨ ਰਹੇ ਆ ਔਰ ਤਾਂ ਜੋ ਜਿਹੜਾ ਕਿਰਤੀ ਵਰਗ ਉਹਨੂੰ ਜਿਹੜੀਆਂ ਸਹੂਲਤਾਂ ਤੋਂ ਵਾਂਝੇ ਨਾ ਰਹੇ ਉਹ ਕਿਰਤੀ ਵਰਗ ਨੂੰ ਸਹੂਲਤਾਂ ਮਿਲ ਸਕਣ ਚਰਦੀ ਕਲਾ ਟੀਐਮਟੀਵੀ ਲਈ ਨਾਬਾ ਤੋਂ ਜਗਨਾਰ ਸਿੰਘ ਦੁਲੱਦੀ ਦੀ ਰਿਪੋਰਟ